ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯਾਨੀ ਇੱਥੇ ਬਹੁਤ ਦਿਨਾਂ ਤੋਂ ਭੁੱਖ ਹੜਤਾਲ ਚੱਲਦੀ ਹੈ ਜੀ, ਅਤੇ ਰੋਜ਼ ਲਗਾਤਾਰ ਜਾਰੀ ਹੈ, ਅਤੇ ਇਹ ਲਗਾਤਾਰ ਜਾਰੀ ਰਹੂਗੀ ਜਿੰਨੀ ਦੇਰ ਤੱਕ ਸਰਕਾਰ ਤਿੰਨੇ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ। ਅਤੇ ਸਰਕਾਰ ਜੋ ਸਾਡੇ ਨਾਲ ਧੱਕਾ ਕਰਦੀ ਹੈ ਉਹ ਬਹੁਤ ਸ਼ਰਮ ਵਾਲੀ ਗੱਲ ਆ, ਅਤੇ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਅਸੀਂ ਸਾਰੇ ਏਕਾਂ ਅਤੇ ਇਕੱਠੇ ਬਹਿੰਦੇ ਹਾਂ ਅਤੇ ਇਕੱਠੇ ਉੱਠਦੇ ਹਾਂ, ਇਕੱਠੇ ਖਾਂਦੇ ਹਾਂ। ਕਿ ਜਿੱਦਾਂ ਮਹਾਰਾਜ ਦੀ ਬਾਣੀ ਦਾ ਉਪਦੇਸ਼ ਆ, ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜੇ ਆ, ਕੌਣ ਭਲੇ ਕੋ ਮੰਦੇ। ਲੋਕਾਂ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਪੂਰ ਰਿਹੋ, ਸਭ ਠਾਈਂ ਵੀ ਪਰਮਾਤਮਾ ਹਰੇਕ ਜੀਵ ਦੇ ਵਿੱਚ ਹਾਜ਼ਰ ਆ। ਯਾਨੀ ਕਿ ਜਿਹੜੇ ਜੀਵਾਂ ਦੇ ਉੱਤੇ ਦਇਆ ਕਰਨੀ ਚਾਹੀਦੀ ਹੈ, ਪਰ ਮੋਦੀ ਦੇ ਦਿਲ ਦੇ ਵਿੱਚ ਸਾਡੇ ਲਈ ਦਇਆ ਖਤਮ ਹੋ ਗਈ। ਜਦੋਂ ਬੰਦੇ ਦੇ ਵਿੱਚੋਂ ਦਇਆ ਖਤਮ ਹੋ ਗਈ, ਉਹ ਆਪਣੇ ਆਪ ਨੂੰ ਧਰਮ ਹੀ ਨਹੀਂ ਕਹਾ ਸਕਦਾ। ਯਾਨੀ ਰਾਜੇਸ਼ੀ ਮਕੰਦਮ ਕੁੱਤੇ ਜਾਏ ਜਗਾਨ, ਬੈਠੇ ਸੁੱਤੇ ਨਸ਼ੇ ਦੀ ਨੀਂਦ ਦੇ ਵਿੱਚ ਸੁੱਤੇ ਪਏ ਆ। ਇਹਨਾਂ ਨੂੰ ਜਾ ਕੇ ਕਿਸਾਨਾਂ ਨੇ ਜਾਣੀ ਦੀ ਜਗਾਉਣਾ ਵਾ, ਹਾਲੇ ਤੱਕ ਉਹ ਸੁੱਤੇ ਪਏ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਇਹਦਾ ਮੇਨ ਮਕਸਦ ਆ ਭੁੱਖ ਹੜਤਾਲ ਦਾ ਸਦਭਾਵਨਾ ਰੈਲੀ, ਜੋ ਪਿਛਲੇ ਦਿਨ 26, 27, 28 ਨੂੰ ਉੱਥੇ ਮਾਹੌਲ ਖਰਾਬ ਹੋਇਆ ਨਾ, ਪਾੜਨ ਦਾਸ ਦੇ ਵਿੱਚ, ਧਰਮਾਂ ਦੇ ਵਿੱਚ, ਜਾਤਾਂ ਮਾਝਵਾਂ ਦੇ ਵਿੱਚ BJP ਸਰਕਾਰ ਮੋਦੀ ਸਰਕਾਰ ਨੇ ਉਹਨੂੰ ਪਾੜਨ ਦਾ ਯਤਨ ਕੀਤਾ ਨਾ, ਵੀ ਪਾੜ ਕੇ ਖਿਲ ਕੇ ਆਪਸ 'ਚ ਦੰਗੇ ਹੋ ਕੇ ਜੋ ਅੰਦੋਲਨ ਆ ਉਹ ਫੇਲ ਹੋਵੇ ਜਾਂ ਟੁੱਟ ਜਾਵੇ, ਸਾਡੀਆਂ ਕਿਸਾਨ ਜਥੇਬੰਦੀਆਂ ਆਪਸ 'ਚ ਵਿਖਰ ਜਾਣ, ਉਹਨਾਂ ਨੂੰ ਇੱਕ ਕਰਨ ਵਾਸਤੇ, ਸਾਡਾ ਭਾਈਚਾਰਕ ਏਕਾ ਬਣਾਉਣ ਵਾਸਤੇ, ਸਾਂਝ ਕਾਇਮ ਰੱਖਣ ਵਾਸਤੇ, ਮੁੜ ਕੇ ਇਸ ਅੰਦੋਲਨ ਨੂੰ ਉੱਚ ਬੁਲੰਦੀਆਂ 'ਤੇ, ਕਿਸਾਨ ਅੰਦੋਲਨ ਜਾਂ ਕਿਸਾਨ ਲਹਿਰ ਆ ਉਹਨੂੰ ਪਹੁੰਚਾਉਣ ਵਾਸਤੇ ਅੱਜ ਦਾ ਮੁੱਖ ਮਕਸਦ ਆ, ਜੋ ਮੁੱਖ ਏਮ ਆ, ਮੁੱਖ ਸਾਡਾ ਏਜੰਡਾ ਸਿਰਫ ਅਤੇ ਸਿਰਫ ਸਦਭਾਵਨਾ, ਆਪਸ ਭਾਈਚਾਰਾ। ਸਾਡੇ 'ਚ ਕੋਈ ਹਿੰਦੂ, ਮੁਸਲਿਮ, ਸਿੱਖ, ਈਸਾਈ ਦੇ ਵਿੱਚ ਕੋਈ ਫਰਕ ਨਾ ਪਵੇ, ਕਿਸਾਨੀ ਖਾਤਰ ਮੁੜ ਕੇ ਲੜੀਏ, ਜੋ ਉਹਨਾਂ ਦੀਆਂ ਕੋਸ਼ਿਸ਼ਾਂ ਅਸੀਂ ਫੇਲ ਕਰਤੀਆਂ, ਅੱਜ ਦਾ ਮੁੱਖ ਉਦੇਸ਼ ਇਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਰੇਲਵੇ ਸਟੇਸ਼ਨ ਖੰਨਾ ਦੇ ਉੱਤੇ ਸਦਭਾਵਨਾ ਦਿਵਸ ਮਨਾ ਰਹੇ ਹਾਂ। ਇਹ ਸਾਡੀਆਂ ਆਲ ਇੰਡੀਆ ਦੀਆਂ ਕਿਸਾਨ ਜਥੇਬੰਦੀਆਂ ਦਾ ਸੁਨੇਹਾ ਸੀਗਾ ਉਹਨਾਂ ਦੇ ਉੱਤੇ, ਮਤਲਬ ਸਾਰੇ ਆਲ ਇੰਡੀਆ 'ਚ ਮਨਾਇਆ ਜਾ ਰਿਹਾ ਵੀ, ਮਤਲਬ ਨਾ ਕੋਈ, ਸਾਰੇ ਹਿੰਦੂ ਮੁਸਲਮਾਨ ਸਾਰੇ ਅਸੀਂ ਇਕੱਠੇ ਹਾਂ। ਇੱਕ ਮੈਂ ਤੁਹਾਡੇ ਮੀਡੀਅਮ ਰਾਹੀਂ ਗੱਲ ਕਰਨੀ ਚਾਹੁੰਦਾ, ਕੱਲ੍ਹ ਔਰ ਪਰਸੋਂ ਠੀਕਰੀ ਬਾਰਡਰ ਦੇ, ਸਿੰਧੂ ਬਾਰਡਰ ਦੇ ਉੱਤੇ ਜਿਹੜੀ BJP ਦੇ ਔਰ RSS ਦੇ ਗੁੰਡਿਆਂ ਨੇ ਉੱਥੇ ਪੱਥਰਬਾਜ਼ੀ ਕੀਤੀ, ਇੱਟਬਾਜ਼ੀ ਕੀਤੀ ਔਰ ਸਾਡੇ ਬੱਚਿਆਂ ਦੇ ਸਿਰ ਪਾਲੇ, ਬੜੀ ਨਿੰਦਿਆਯੋਗ ਗੱਲ ਹੈ। ਕਿਉਂਕਿ ਕਿਸਾਨ ਸ਼ਾਂਤ ਵੀ ਢੰਗ ਨਾਲ ਬੈਠੇ ਨੇ, ਉਹਨਾਂ ਨੂੰ ਭਜਾਉਣ ਲਈ ਇਹਨਾਂ ਨੇ ਜੋ ਕਾਰਵਾਈ ਕੀਤੀ ਆ, BJP ਨੇ ਪੂਰਾ ਜ਼ੋਰ ਲਾ ਲਿਆ, ਪਰ ਕਿਸਾਨਾਂ ਦੇ ਮਨ ਬਹੁਤ ਉੱਚੇ ਨੇ। ਅਸੀਂ ਸ਼ਾਂਤਮਈ ਢੰਗ ਨਾਲ ਅੰਦੋਲਨ ਲੜ ਰਹੇ ਹਾਂ, ਇਹ ਅੰਦੋਲਨ ਨੂੰ ਜਿੱਤਣਾ। ਉਸ ਅੰਦੋਲਨ ਦਾ ਹੁਣ ਇਕੱਠ ਬਹੁਤ ਵੱਧ ਰਿਹਾ, ਜਿੱਦਾਂ ਅਸੀਂ 26 ਤਰੀਕ ਨੂੰ ਇਕੱਠ ਕਰਿਆ ਸੀ, ਉੱਦਾਂ ਹੀ ਹੁਣ ਦੁਬਾਰੇ ਲੋਕ ਜਾਣ ਲੱਗ ਗਏ। ਜਿਹੜਾ ਪਰਲੇ ਪਾਸੇ ਗਾਜ਼ੀਪੁਰ ਬਾਰਡਰ ਹੈ, ਉੱਥੇ ਵੀ ਲੱਖਾਂ ਦੀ ਤਾਦਾਦ 'ਚ ਚਲੇ ਗਏ। ਸਾਡੇ ਪੰਜਾਬ ਦੇ ਵਿੱਚੋਂ ਬਹੁਤ ਜਾ ਰਹੇ ਨੇ ਕਾਫਲੇ। ਪਰਸੋਂ ਨੂੰ ਅਸੀਂ 8:30-9 ਦੁਸਹਿਰਾ ਗਰਾਊਂਡ ਦੇ ਵਿੱਚ ਤਕਰੀਬਨ 100 ਕਾਰ ਲੈ ਕੇ ਜਾਣੀ ਹੈ, ਰੈਲੀ ਕੱਢਣੀ ਹੈ। 2 ਝੰਡੇ ਲਾ ਕੇ ਜਾਵਾਂਗੇ, ਇੱਕ ਗੱਡੀ ਦੇ ਉੱਤੇ, ਇੱਕ ਤਿਰੰਗਾ, ਇੱਕ ਦੂਆ। ਕਾਲੇ ਕਾਨੂੰਨ ਮੋਦੀ ਸਰਕਾਰ ਭਾਰਤੀ ਕਿਸਾਨ ਯੂਨੀਅਨ ਕਾਲੇ ਕਾਨੂੰਨ, ਹਿੰਦੂ ਸਿੱਖ ਏਕਤਾ, ਜੈ ਜਵਾਨ ਕਾਲੇ ਕਾਨੂੰਨ।